ਰੇਨਬੋ ਡੇ ਬੋਰਡਿੰਗ ਸਕੂਲ ਫਾਜ਼ਿਲਕਾ ਦੇ ਅਧਿਆਪਕ ਟ੍ਰਿਪ ਦੌਰਾਨ ਵਿਦਿਆਰਥੀਆਂ ਨੂੰ ਲੈ ਕੇ ਵੈਨ ਰਾਹੀਂ ਜਲਾਲਾਬਾਦ ਦੇ ਨਜ਼ਦੀਕੀ ਸੁਲੇਮਾਨ ਕੀ ਬਾਰਡਰ ਪਹੁੰਚੇ, ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਭਾਰਤ ਪਾਕਿਸਤਾਨ ਦਾ ਬਾਰਡਰ ਦਿਖਾਉਂਦਿਆਂ ਇੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਬਾਰੇ ਅਤੇ ਇੱਥੋਂ ਦੇ ਮਾਹੌਲ ਬਾਰੇ ਜਾਣਕਾਰੀ ਦਿੱਤੀ। ਇਸ ਸੰਬੰਧੀ ਗੱਲਬਾਤ ਦੌਰਾਨ ਸਕੂਲ ਦੇ ਚੇਅਰਮੈਨ ਦਿਨੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਮੈਨੇਜਮੈਂਟ ਦਾ ਇਹਨਾਂ ਬੱਚਿਆਂ ਨੂੰ ਇੱਥੇ ਲਿਆਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਬਾਰਡਰ ਪੱਟੀ ਦੇ ਵਾਸਤੇ ਲੋਕਾਂ ਦੇ ਰਹਿਣ ਸਹਿਣ ਅਤੇ ਉਹਨਾਂ ਦੇ ਜੋਸ਼ ਬਾਰੇ ਜਾਣਕਾਰੀ ਦੇਣਾ ਹੈ। ਉਹਨਾਂ ਕਿਹਾ ਕਿ ਅਜਿਹੇ ਟ੍ਰਿਪ ਨਾਲ ਜਿੱਥੇ ਬੱਚਿਆਂ ਦਾ ਮਨੋਰੰਜਨ ਹੁੰਦਾ ਹੈ ਉਹਦੇ ਨਾਲ ਹੀ ਮਨ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਸ਼੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਇਹ ਟ੍ਰਿਪ ਹਰ ਮਹੀਨੇ 'ਚ ਇੱਕ ਵਾਰ ਜ਼ਰੂਰ ਆਯੋਜਿਤ ਕੀਤਾ ਜਾਂਦਾ ਹੈ ਤਾਂ ਕਿ ਵੱਖ-ਵੱਖ ਜਮਾਤਾਂ ਦੇ ਬੱਚੇ ਅਜਿਹੀ ਜਾਣਕਾਰੀ ਪ੍ਰਾਪਤ ਕਰ ਸਕਣ। ਹਾਂਜੀ, ਅਸੀਂ ਰੇਨਬੋ ਡੇ ਬੋਰਡਿੰਗ ਸਕੂਲ ਫਾਜ਼ਿਲਕਾ ਤੋਂ ਬੱਚਿਆਂ ਦੇ ਨਾਲ ਇੱਥੇ ਆਏ ਹਾਂ, ਬਾਰਡਰ ਦਾ ਟ੍ਰਿਪ ਲੈ ਕੇ ਆਏ ਹਾਂ ਬੱਚਿਆਂ ਨੂੰ ਦਿਖਾਉਣ ਵਾਸਤੇ। ਇਹਨਾਂ ਨੂੰ ਦਿਖਾਉਣਾ ਹੈ ਕਿ ਪਾਕਿਸਤਾਨ ਔਰ ਇੰਡੀਆ ਦਾ ਬਾਰਡਰ ਜਿੱਥੇ ਹੈ ਉੱਥੇ ਕਿਸ ਤਰ੍ਹਾਂ ਕਿੰਨੇ ਜੋਸ਼ ਦੇ ਵਿੱਚ ਲੋਕ ਜਿਹੜੇ ਹੈ ਉਹ ਇਕੱਠੇ ਹੋ ਕੇ ਨਾਅਰੇ ਲਗਾਉਂਦੇ ਹੈ ਔਰ ਇੱਥੇ ਭਾਰਤੀ ਲੋਕਾਂ ਦਾ ਜੋਸ਼ ਜਿਹੜਾ ਪਾਕਿਸਤਾਨੀਆਂ 'ਤੇ ਕਿਸ ਤਰ੍ਹਾਂ ਭਾਰੂ ਹੁੰਦਾ ਹੈ। ਅਸੀਂ ਇਹ ਦਿਖਾਉਣ ਵਾਸਤੇ ਲੈ ਹਾਂ ਅਤੇ ਨਾਲ ਦੀ ਨਾਲ ਇਹਨਾਂ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੇ ਵਾਸਤੇ, ਇਹਨਾਂ ਦੇ ਅੰਦਰ ਅੱਛੇ ਗੁਣ ਪੈਦਾ ਕਰਨ ਦੇ ਵਾਸਤੇ ਅਤੇ ਦੇਸ਼ ਦੇ ਵਾਸਤੇ ਲੜਾਈ ਲੜਨ ਵਾਸਤੇ ਹਰ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਰਨ ਵਾਸਤੇ ਇਹਨਾਂ ਨੂੰ ਤਿਆਰ ਕਰਦੇ ਹਾਂ ਅਤੇ ਵਾਰ ਵਾਰ ਇਹਨਾਂ ਨੂੰ ਅਸੀਂ ਲਿਆ ਕੇ ਇਹਨਾਂ ਦੇ ਅੰਦਰ ਵੱਧ ਤੋਂ ਵੱਧ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਰ ਹਫ਼ਤੇ ਲੈ ਕੇ ਆਉਂਦੇ ਸਰ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ? ਅਸੀਂ ਇਹਨਾਂ ਨੂੰ ਲਗਭਗ ਮਹੀਨੇ ਦੋ ਮਹੀਨੇ ਦੇ ਵਿੱਚ ਇੱਕ ਵਾਰੀ ਜਿਹੜਾ ਹੈ ਇੱਥੇ ਲੈ ਕੇ ਆਉਂਦੇ ਹਾਂ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਸਾਨੂੰ ਦੇਸ਼ ਦੇ ਵਾਸਤੇ ਵੀ ਕੁਛ ਕਰਨਾ ਪਏਗਾ, ਕਰਨਾ ਚਾਹੀਦਾ ਔਰ ਇਹ ਹਰ ਵਿੱਚ ਬੱਚੇ ਇਸ ਵਾਸਤੇ ਤਿਆਰ ਰਹਿੰਦੇ। ਜਲਾਲਾਬਾਦ ਤੋਂ ਵੱਡੀ ਦਾ ਹੋ ਜਾਂਦੀ।